ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਵੱਲੋਂ ਬੀਜੇਪੀ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਬੀਜੇਪੀ 2017 'ਚ ਇਕੱਲੇ ਚੋਣ ਲੜਦੀ ਤਾਂ ਉਹਨਾਂ ਦੀ ਹਾਰ ਨਹੀਂ ਹੋਣੀ ਸੀ। ਇਸ ਉੱਤੇ ਬੀਜੇਪੀ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਸਿੱਧੂ ਪਰਿਵਾਰ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ, ਇਸ ਕਰਕੇ ਉਹਨਾਂ ਵੱਲੋਂ ਇਹੋ ਜਿਹੇ ਬਿਆਨ ਆ ਰਹੇ ਹਨ। ਪੰਜਾਬ ਦੀਆਂ 117 ਸੀਟਾਂ 'ਤੇ ਬੀਜੇਪੀ ਦਾ ਹਰ ਮੈਂਬਰ ਬੂਥ ਲੈਵਲ 'ਤੇ ਕੰਮ ਕਰ ਰਿਹਾ ਅਤੇ ਬੀਜੇਪੀ ਦੇ ਹਰ ਮੈਂਬਰ ਦਾ ਇਹ ਸੁਪਨਾ ਕਿ ਬਾਕੀ ਰਾਜਾਂ ਵਾਂਗ ਪੰਜਾਬ 'ਚ ਵੀ ਬੀਜੇਪੀ ਦਾ ਮਿਆਰ ਉੱਚਾ ਹੋਵੇ। ਦੇਖੋ, ਐਸਾ ਹੈ ਕਿ ਜਿਹੜੀ ਚੀਜ਼ਾਂ ਜੇ ਹੁੰਦਾ ਹੈ, ਜੇ ਇਸ ਤਰ੍ਹਾਂ ਹੁੰਦਾ ਅਤੇ ਜੇ ਇਸ ਤਰ੍ਹਾਂ ਹੋ ਜਾਂਦਾ, ਲੇਕਿਨ 2017 ਦਾ ਚੁਣਾਵ ਉਹਦਾ ਨਿਰਣੇ ਇੱਕ ਇਤਿਹਾਸ ਬਣ ਚੁੱਕਾ ਹੈ। ਉਹ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੇ ਇਕੱਠੇ ਲੜਿਆ ਔਰ ਜੋ ਵੀ ਨਿਰਣੇ ਆਇਆ ਅਤੇ ਸਾਨੂੰ ਵਿਪਕਸ਼ ਦੀ ਭੂਮਿਕਾ ਦਿੱਤੀ, ਅਸੀਂ ਉਸਨੂੰ ਸਵੀਕਾਰ ਕੀਤਾ ਹੈ। ਹੁਣ ਹੈਗਾ ਪ੍ਰਸ਼ਨ ਕਿ ਵੀ ਜੇ ਅਸੀਂ 117 'ਤੇ ਅਲੱਗ ਲੜਿਆ ਹੁੰਦਾ ਤਾਂ ਕੀ ਹੁੰਦਾ। ਇਹ ਤਾਂ ਗੱਲ ਹੈਗਾ ਕਿ ਆਸਰਾਈਆਂ ਹੈਗੀਆਂ, ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ, ਕਹਿੰਦੇ ਕਿ ਵੀ ਪਿੱਛੇ ਦੀ ਛੋੜ ਛੋੜ ਅੱਗੇ ਦੀ ਵਿਚਾਰ। 117 ਵੀ 117 ਸੀਟਾਂ 'ਤੇ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ, ਅਸ਼ਵਨੀ ਸ਼ਰਮਾ ਨੇ ਜੇ ਪੀ ਨੱਡਾ ਹੋਰਾਂ ਨੂੰ ਵੀ ਕਿਹਾ ਵੀ ਪਾਰਟੀ ਮਜ਼ਬੂਤ ਹੈ, ਕੀ ਕਹਿਣਾ ਹੈ, ਕੀ ਮਾਇਨੇ ਹੈਗੇ ਉਹਨਾਂ ਦੀ ਆਉਣ ਵਾਲੇ ਸਮੇਂ 'ਚ ਤੁਸੀਂ 117 ਸੀਟਾਂ 'ਤੇ? ਦੇਖੋ, ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਯੂਨਿਟ ਜਿਹੜਾ ਹੈ, ਉਹ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਵਿਸਤਾਰ ਹੋਵੇ, ਮਜ਼ਬੂਤ ਹੋਵੇ, ਇਸੇ ਲਈ ਕਾਰਜ ਕਰ ਰਿਹਾ ਹੈ। ਸੋ ਜਿੰਨੇ ਵੀ ਪਹਿਲੇ ਅਧਿਆਕਸ਼ ਆਏ ਉਹਨਾਂ ਨੇ ਵੀ ਬਿਹਤਰ ਕੰਮ ਕੀਤਾ ਔਰ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਸਮੇਂ ਨੇ ਕਮਾਨ ਜਿਹੜੀ ਹੈ ਆਪਣੇ ਪ੍ਰਦੇਸ਼ ਦੀ, ਉਹ ਅਸ਼ਵਨੀ ਸ਼ਰਮਾ ਜੀ ਨੂੰ ਦਿੱਤੀ ਹੈਗੀ, ਸੌਂਪੀ ਹੈਗੀ ਹੈ। ਸੋ ਕਹਿੰਦੇ ਕਿ ਦੇਰ ਇਜ਼ ਆਲਵੇਜ਼ ਰੂਮ ਐਟ ਦਾ ਟੋਪ, ਬਿਹਤਰ ਕਰਨ ਦੀ ਗੁੰਜਾਇਸ਼ ਜਿਹੜੀ ਹਮੇਸ਼ਾ ਰਹਿੰਦੀ ਹੈ। ਸੋ ਅਸੀਂ ਹੋਰ ਬਿਹਤਰ ਕਰ ਰਹੇ ਹਾਂ ਜਿਸ 'ਤੇ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤ ਹੋ। ਜੇ ਕਲਿਆ ਸਾਹਿਬ ਸਿੱਧੂ ਦੌਰਾ ਬੀਜੇਪੀ 'ਚ ਦੁਬਾਰਾ ਵਾਪਸ ਆਉਣਾ ਚਾਹੁੰਦੇ, ਕੀ ਤੁਸੀਂ ਉਹਨਾਂ ਨੂੰ ਕਰਵਾਓਗੇ? ਦੇਖੋ, ਪਹਿਲਾਂ ਤਾਂ ਹੈਗਾ ਕਿ ਜੇ ਸਿੱਧੂ ਪਰਿਵਾਰ ਭਾਰਤੀ ਜਨਤਾ ਪਾਰਟੀ 'ਚ ਮੁੜ ਵਾਪਸੀ ਕਰਨਾ ਚਾਹੁੰਦਾ, ਪਹਿਲਾਂ ਤੋਂ ਆਪਣਾ ਮਨਸ਼ਾ ਜਿਹੜੀ ਹੈਗੀ ਹੈ ਸਪਸ਼ਟ ਕਰੇ। ਫਿਰ ਇਹ ਹੈਗਾ ਕਿ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਕਰਨ ਦਾ ਨਿਰਣੇ, ਉਹ ਸਾਡਾ ਸ਼ੀਰਸ਼ ਨੇਤਰਤਵ ਕਰਦਾ ਹੈ, ਸਾਡੇ ਰਾਸ਼ਟਰ ਅਧਿਆਕਸ਼ ਸ਼੍ਰੀ ਜੇ ਪੀ ਨੱਡਾ ਜੀ ਹਨ। ਸੋ ਉਹਨਾਂ ਦੇ ਲੈਵਲ ਦੇ ਉੱਤੇ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣਗੀਆਂ, ਲੇਕਿਨ ਇਹ ਤਾਂ ਹੀ ਹੋਏਗਾ ਜਦੋਂ ਉਹਨਾਂ ਪੰਛਾ ਜਿਹੜੀ ਹੈਗੀ ਉਹ ਸਾਫ਼ ਕਰੇ।